ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਕੁਝ ਵਿਚਾਰ ਅੱਜ ਮਨ ਵਿੱਚ ਆਏ ਤੇ ਦਿਲ ਕੀਤਾ ਤੁਹਾਡੇ ਨਾਲ ਸਾਂਝੇ ਕਰਨ। ਇਹ ਵਿਚਾਰ ਆਏ ਇੱਕ ਬੀਬੀ ਦੀ ਛੋਟੀ ਜਿਹੀ ਕਹਾਣੀ ਸੁਣ ਕੇ ਕਿ ਸਾਡੇ ਅੰਦਰ ਕਿੰਨੀਆਂ ਕੀ ਭਾਵਨਾਵਾਂ ਰਹਿੰਦੀਆਂ ਨੇ, ਕਿੰਨੀ ਕੀ ਲਾਲਸ ਰਹਿੰਦੀ ਹੈ ਤੇ ਅਸੀਂ ਕਿੰਨੀ ਕੀ ਸ਼ਿੱਦਤ ਦੇ ਨਾਲ ਆਪਣੇ ਫਰਜ਼ ਨਿਭਾਉਂਦੇ ਹਾਂ ਤੇ ਉਸ ਤੋਂ ਬਾਅਦ ਸਾਨੂੰ ਉਸਦਾ ਕੀ ਮਿਹਨਤਾਨਾ ਮਿਲਦਾ ਹੈ ਜਾਂ ਸਾਨੂੰ ਉਸਦਾ ਕੀ ਇਨਾਮ ਮਿਲਦਾ ਹੈ। ਸਭ ਕੁਝ ਕਿਸਦੇ ਹੱਥ ਹੁੰਦਾ ਹੈ? ਸਾਡੇ ਹੱਥ ਹੁੰਦਾ ਹੈ, ਸਾਡੇ ਪਰਮਾਤਮਾ ਦੇ ਹੱਥ ਹੁੰਦਾ ਹੈ, ਜਾਂ ਜਿਸ ਦੇ ਅਧੀਨ ਅਸੀਂ ਕੰਮ ਕਰਦੇ ਹਾਂ ਉਸ ਮਾਲਕ, ਉਸ ਕੰਪਨੀ, ਉਸ ਦਾਇਰੇ ਦੇ ਅਧੀਨ ਹੁੰਦਾ ਹੈ, ਉਸ ਅਦਾਰੇ ਦੇ ਅਧੀਨ ਹੁੰਦਾ ਹੈ। ਕਿਉਂਕਿ ਇਨਸਾਨ ਦੀਆਂ ਇੱਛਾਵਾਂ ਦੀ ਪੂਰਤੀ ਕਦੇ ਵੀ ਨਹੀਂ ਹੋ ਸਕਦੀ। ਪਰ ਹਾਂ, ਜਿਸ ਇਨਸਾਨ ਨੇ ਆਪਣੇ ਮਨ ਉੱਤੇ ਕਾਬੂ ਪਾ ਲਿਆ, ਆਪਣੇ ਆਪ ਦੇ ਉੱਤੇ ਭਰੋਸਾ ਕਰ ਲਿਆ ਤੇ ਜਿਸ ਇਨਸਾਨ ਨੇ ਚੰਗੀ ਸਲਾਹ ਨੂੰ ਪੱਲੇ ਬੰਨ ਕੇ ਤੇ ਮਾੜੇ ਬੋਲਾਂ ਨੂੰ ਇੱਕ ਕੰਨ 'ਚ ਸੁਣ ਕੇ ਦੂਜੇ ਕੰਨ ਤੋਂ ਕੱਢ ਕੇ ਭੁੱਲ ਗਿਆ, ਉਸ ਇਨਸਾਨ ਨੂੰ ਜ਼ਿੰਦਗੀ 'ਚ ਕਦੀ ਕੋਈ ਦੁੱਖ ਨਹੀਂ ਸਤਾ ਸਕਦਾ। ਅੜਚਣਾ ਜ਼ਰੂਰ ਆ ਸਕਦੀਆਂ ਨੇ, ਪਰ ਹਾਂ, ਅੰਤ ਤਾਂ ਉਸਨੂੰ ਖੁਸ਼ੀ ਅਤੇ ਭਰਪੂਰ ਪਿਆਰ ਹੀ ਮਿਲੇਗਾ। ਆਓ ਸਭ ਤੋਂ ਪਹਿਲਾਂ ਇਸ ਬੀਬੀ ਤੋਂ ਛੋਟੀ ਜਿਹੀ ਬਹੁਤ ਹੀ ਪਿਆਰੀ ਜਿਹੀ ਕਹਾਣੀ ਸੁਣਦੇ ਹਾਂ ਤੇ ਉਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਕਰਦੇ ਹਾਂ। ਸੋ ਯੂਨੀਵਰਸ ਵਿਲ ਸੈਂਡ ਯੂ ਬੈਕ ਐਵਰੀਥਿੰਗ ਯੂ ਵਿਲ ਗਿਵ ਇਟ। ਇੱਕ ਨਸੀਹਤਾਂ ਵਾਲੀ ਗੱਲ ਹੈ ਤੇ ਨਸੀਹਤਾਂ ਵਾਲੀ ਸਟੋਰੀ ਸੁਣਾ ਦੇਣੀ, ਮੈਂ ਡਾਕਟਰ ਸਾਹਿਬ ਨੂੰ ਵੀ ਸੁਣਾਈ ਸੀ, ਸ਼ਾਰਟਕੱਟ ਕਰਕੇ ਸੁਣਾ ਦੇਣੀ ਹੈ। ਇੱਕ ਇਨਸਾਨ, ਇੱਕ ਹਸਬੈਂਡ ਵਾਈਫ ਹੁੰਦੇ ਆ, ਰਹਿੰਦੇ ਹੁੰਦੇ ਆ ਪਹਾੜ ਤੇ, ਰਹਿੰਦੇ ਹੁੰਦੇ ਆ, ਬੜਾ ਕੋਈ ਸੋਰਸ ਆਫ ਇਨਕਮ ਕੋਈ ਖਾਸ ਨਹੀਂ ਹੁੰਦਾ ਤੇ ਹਸਬੈਂਡ ਕਹਿੰਦਾ ਕਿ ਇੱਥੇ ਤੇ ਗੁਜ਼ਾਰਾ ਨਹੀਂ ਹੁੰਦਾ, ਮੈਂ ਜਾ ਕੇ ਸ਼ਹਿਰ ਜਾ ਕੇ ਕਮਾਈ ਕਰਦਾ ਵਾਂ ਤੇ ਕੁਛ ਲਿਆਵਾਂਗਾ, ਬਟ ਯੂ ਪ੍ਰੋਮਿਸ ਮੀ ਕਿ ਯੂ ਰਿਮੇਨ ਲੋਇਲ ਟੂ ਮੀ, ਤੇ ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਮੈਂ ਤੇਰੇ ਨਾਲ ਵਫਾ ਕਰਾਂ, ਤੂੰ ਵੀ ਕਰੀ ਕੋਸ਼ਿਸ਼ ਕੀ, ਜੇ ਪੂਰਾ ਪ੍ਰੋਮਿਸ ਕਰਕੇ ਤੂੰ ਵੀ ਵਫਾ ਕਰੇਂਗੀ ਤੇ ਮੈਂ ਵੀ ਵਫਾ ਕਰਾਂਗਾ। ਐਂਡ ਹੀ ਗੋਜ਼ ਟੂ ਸਿਟੀ, ਹੀ ਵਰਕਸ ਦੇਅਰ, ਐਂਡ ਹੀ ਟੈਲਸ ਹਿਸ ਬੌਸ ਕਿ ਜਦੋਂ ਉਹਨੂੰ ਤਨਖਾਹ ਮਿਲਣ ਲੱਗਦੀ ਹੈ ਤੇ ਉਹ ਕਹਿੰਦਾ ਵੀ ਤੁਸੀਂ ਰੱਖ ਲਓ, ਜਿੱਦਣ ਮੈਂ ਘਰ ਜਾਵਾਂਗਾ ਉਦਣ ਮੈਂ ਤੁਹਾਡੇ ਕੋਲੋਂ ਲੈ ਲਾਂਗਾ, ਠੀਕ ਹੈ। ਐਂਡ 20 ਈਅਰਸ ਹੀ ਵਰਕਸ ਦੇਅਰ, 20 ਈਅਰਸ ਹੀ ਵਰਕਸ ਦੇਅਰ, ਸਾਰੀ ਉਹਦੀ ਜਵਾਨੀ ਉੱਥੇ ਖਤਮ ਹੋ ਜਾਂਦੀ ਹੈ। ਤੇ ਜਦੋਂ ਜਾਣ ਲੱਗਦਾ ਤੇ ਉਹਨੂੰ ਬੌਸ ਨੂੰ ਕਹਿੰਦਾ ਕਿ ਹੁਣ ਮੈਨੂੰ ਤਨਖਾਹ ਦੇ ਦਿਓ, ਮੈਂ ਜਾਣਾ, ਤੇ ਬੌਸ ਉਹਨੂੰ ਸਵਾਲ ਕਹਿੰਦਾ ਕਿ ਵੀ ਜਾਂ ਮੇਰੇ ਕੋਲ ਅ ਪੀਸ ਆਫ ਐਡਵਾਈਸ ਹੈ, ਕੁਛ ਨਸੀਹਤਾਂ ਆਈਆਂ, ਜਾਂ ਤੂੰ ਉਹ ਲੈ ਲੈ ਤੇ ਜਾਂ ਇਹ ਕਮਾਈ ਲੈ ਲੈ ਜੀਵਨ ਭਰ ਦੀ ਆਪਣੀ, ਫੈਸਲਾ ਤੇਰਾ, ਜਾਂ ਕਮਾਈ ਲਏਗਾ ਜਾਂ ਨਸੀਹਤ ਲਏਗਾ, ਦੋਨੋਂ ਚੀਜ਼ਾਂ ਨਹੀਂ ਮਿਲਣਗੀਆਂ ਤੈਨੂੰ। ਐਂਡ ਯੂ ਡਿਸਾਈਡ ਇਟ। ਜਿਸ ਬੰਦੇ ਨੇ ਸਾਰੀ ਉਮਰ ਪੈਸਿਆਂ ਲਈ ਕੰਮ ਕੀਤਾ ਹੋਵੇ, ਵਟ ਵਿਲ ਹੀ ਥਿੰਕ, ਕੀ ਲਏਗਾ? ਪੈਸਾ ਲਏਗਾ ਨਾ, ਠੀਕ ਹੈ। ਦੋ ਦਿਨ ਉਹ ਸੋਚਦਾ ਰਹਿੰਦਾ, ਤੀਸਰੇ ਦਿਨ ਉਹ ਡਿਸਾਈਡ ਕਰਦਾ ਕਿ ਨਹੀਂ, ਮੈਂ ਤੇ ਨਸੀਹਤ ਹੀ ਲੈ ਕੇ ਜਾਣੀ ਆ, ਕੋਈ ਗੱਲ ਨਹੀਂ, ਦੇਖੀ ਜਾਏਗੀ ਜੋ ਹੋਏਗਾ। ਤੇ ਉਹਨੂੰ ਕਹਿੰਦਾ ਕਿ ਤਿੰਨ ਗੱਲਾਂ ਦਾ ਧਿਆਨ ਰੱਖਣਾ ਜ਼ਿੰਦਗੀ 'ਚ, ਕਦੀ ਸ਼ਾਰਟਕੱਟ ਨਹੀਂ ਅਪਣਾਉਣਾ, ਠੀਕ ਹੈ। ਦੂਸਰਾ, ਬਹੁਤਾ ਓਵਰ ਕਿਊਰੀਅਸ ਨਹੀਂ ਹੋਣਾ, ਕੀ ਹੋ ਰਿਹਾ, ਕਿਉਂ ਹੋ ਰਿਹਾ, ਕਿੱਥੇ ਹੋ ਰਿਹਾ, ਕਿਹਦੇ ਨਾਲ ਕੀ ਹੈ, ਬਹੁਤ ਕਿਊਰੋਸਿਟੀ ਨਹੀਂ ਮਾਇੰਡ ਵਿੱਚ ਰੱਖਣੀ, ਆਪਣੇ ਨਾਲ ਬਹੁਤਾ ਕੁਨੈਕਸ਼ਨ ਰੱਖਣਾ ਜ਼ਿੰਦਗੀ ਦੇ ਵਿੱਚ, ਦੂਜਿਆਂ ਦੇ ਮਾਮਲਿਆਂ 'ਚ ਨਹੀਂ ਪੈਣਾ, ਠੀਕ ਹੈ। ਅਤੇ ਤੀਸਰੀ ਗੱਲ, ਕੋਈ ਗੁੱਸੇ 'ਚ, ਬਹੁਤ ਗੁੱਸੇ 'ਚ ਜਾਂ ਬਹੁਤ ਖੁਸ਼ੀ 'ਚ ਕੋਈ ਫੈਸਲਾ ਨਹੀਂ ਕਰਨਾ, ਠੀਕ ਹੈ। ਐਂਡ ਹੀ ਡਜ਼ਨਟ ਗਿਵ ਹਿਮ ਮਨੀ, ਹੀ ਗਿਵਸ ਹਿਮ 3 ਲੋਫਸ ਆਫ ਬ੍ਰੈਡ, ਹੀ ਸੇਜ਼ ਕਿ ਇਹ ਦੋ ਰਸਤੇ ਵਾਸਤੇ, ਇੱਕ ਘਰ ਖਾ ਲਿਓ ਜਾ ਕੇ। ਪੈਸੇ ਉਹਦੇ ਕੋਲ ਹੁੰਦੇ ਨਹੀਂ, ਗੱਡੀ ਬੱਸ ਕੋਈ ਕਰ ਨਹੀਂ ਸਕਦਾ, ਤੁਰਨ ਲੱਗਦਾ ਤੇ ਰਸਤਾ ਵੀ ਨਹੀਂ ਪਤਾ ਹੁੰਦਾ। ਕਿਸੇ ਰਾਹੀਗੀਰ ਨੂੰ ਪੁੱਛਦਾ ਤੇ ਉਹ ਕਹਿੰਦਾ ਵੀ ਇੱਥੋਂ ਜਾਏਗਾ ਤੇ 21 ਦਿਨ ਲੱਗਣਗੇ ਤੇ ਇੱਥੋਂ ਜਾਏਗਾ ਤੇ 5 ਦਿਨ ਲੱਗਣਗੇ।
ਤਾਂ ਐਵਰੀ ਵਾਈਸ ਮੈਨ ਵਿਲ ਸੇ ਦੈਟ ਆਈ ਵਿਲ ਗੋ ਦਿਸ ਵੇ, ਬਟ ਉਹਨੂੰ ਯਾਦ ਆ ਜਾਂਦੀ ਗੱਲ ਕਿ ਮੇਰੇ ਬੌਸ ਨੇ ਕਿਹਾ ਸੀ ਕਿ ਸ਼ਾਰਟਕੱਟ ਨਹੀਂ ਅਪਣਾਉਣਾ, ਤਾਂ ਹੀ ਗੋਜ਼ ਟੂ ਦਾ ਲੌਂਗ ਵੇ ਐਂਡ ਜਾਂਦਾ, ਰਾਤ ਪੈ ਜਾਂਦੀ ਹੈ ਅਤੇ ਫਾਰਮਰ ਕਿਸੇ ਵਿਲੇਜਰ ਦੇ ਘਰ 'ਚ ਕਹਿੰਦਾ ਮੈਨੂੰ ਰਹਿਣ ਦਿਓ ਇੱਥੇ ਰਾਤੀ, ਉਹ ਕਹਿੰਦਾ ਕੋਈ ਨਹੀਂ ਰਹਿ ਜਾ, ਉਹ ਕਹਿੰਦਾ ਮੈਂ ਇਸ ਰਸਤਿਓਂ ਆਇਆ, ਇਸ ਰਸਤਿਓਂ ਨਹੀਂ ਆਇਆ, ਉਹ 5 ਦਿਨਾਂ ਦਾ ਰਸਤਾ ਸੀ, ਕਹਿੰਦੇ ਬਹੁਤ ਚੰਗਾ ਕੀਤਾ ਉੱਥੇ ਜੰਗਲ ਪੈਂਦੇ ਰਾਤੀ, ਜੰਗਲੀ ਜਾਨਵਰ ਹੁੰਦੇ ਆ, ਉਧਰੋਂ ਜਾਂਦਾ ਤਾਂ ਤੂੰ ਬਚਣਾ ਹੀ ਨਹੀਂ ਸੀਗਾ। ਮੈਨੂੰ ਇਜ਼ ਥੈਂਕਫੁਲ ਟੂ ਗੋਡ ਕਿ ਮੈਨੂੰ ਉਹਨੇ ਕਿਹਾ ਸੀ ਕਿ ਸ਼ਾਰਟਕੱਟ ਨਹੀਂ ਲੈਣਾ। ਨਹੀਂ ਮੈਂ ਉਹ ਕਹਿੰਦਾ ਮੇਰੇ ਕੋਲ ਤਾਂ ਕੋਈ ਬਹੁਤੀ ਜਗ੍ਹਾ ਨਹੀਂ ਹੈਗੀ, ਬਾਹਰ ਸ਼ੈਕ ਹੈਗਾ, ਸ਼ੈਕ ਹੁੰਦਾ ਜਿੱਥੇ ਉਹ ਸਾਰੀ ਤੂੜੀ ਤਾੜੀ ਰੱਖਦੇ ਆ, ਉੱਥੇ ਆਰਾਮ ਨਾਲ ਸੌ ਜਾ ਤੂੰ, ਹੋਰ ਤਾਂ ਜਗ੍ਹਾ ਕੋਈ ਨਹੀਂ ਹੈਗੀ। ਅੱਧੀ ਰਾਤੀ ਉਹਨੂੰ ਆਵਾਜ਼ਾਂ ਆਉਂਦੀਆਂ, ਆਵਾਜ਼ਾਂ ਆਉਂਦੀਆਂ ਅਤੇ ਦਰਵਾਜ਼ਾ ਖੋਲ੍ਹਣ ਲੱਗਦਾ ਕਿ ਦੇਖਾਂ ਬਾਹਰ ਕੀ ਹੈ, ਫਿਰ ਉਹਨੂੰ ਯਾਦ ਆ ਜਾਂਦਾ ਕਿ ਮੈਂ ਬਹੁਤ ਕਿਊਰੀਅਸ ਨਹੀਂ ਹੋਣਾ ਕਿਸੇ ਗੱਲ ਦੀ, ਨਹੀਂ ਖੋਲ੍ਹਦਾ। ਫਿਰ ਉਹ ਫਾਰਮਰ ਆਉਂਦਾ, ਉਹਨੂੰ ਦੇਖਦਾ ਬੜਾ ਖੁਸ਼ ਹੁੰਦਾ, ਕਹਿੰਦਾ ਮੈਨੂੰ ਤਾਂ ਤੈਨੂੰ ਕਹਿਣਾ ਯਾਦ ਭੁੱਲ ਗਿਆ ਕਿ ਰਾਤੀ ਇੱਥੇ ਸ਼ੇਰ ਆਉਂਦਾ ਹੁੰਦਾ ਕਦੀ ਕਦੀ ਅਤੇ ਬੰਦੇ ਪਾੜ ਕੇ ਖਾ ਜਾਂਦਾ ਹੁੰਦਾ, ਅਤੇ ਮੈਂ ਤੈਨੂੰ ਕਹਿਣਾ ਸੀ ਦਰਵਾਜ਼ਾ ਨਾ ਖੋਲ੍ਹੀ। ਆਈ ਐਮ ਵੈਰੀ ਹੈਪੀ ਕਿ ਤੂੰ ਬਚ ਗਿਆ, ਤੂੰ ਦਰਵਾਜ਼ਾ ਨਹੀਂ ਖੋਲ੍ਹਿਆ। ਦੈਨ ਹੀ ਇਜ਼ ਥੈਂਕਫੁਲ ਕਿ ਮੇਰੇ ਬੌਸ ਨੇ ਮੈਨੂੰ ਕਹਿ ਕੇ ਭੇਜਿਆ ਸੀਗਾ ਕਿ ਕਿਊਰੀਅਸ ਨਹੀਂ ਹੋਣਾ ਬਹੁਤ ਜ਼ਿਆਦਾ। ਤਾਂ ਪਹੁੰਚਦਾ ਆਪਣੇ ਘਰ, ਪਹੁੰਚਦਾ ਸ਼ਾਮ ਪੈ ਗਈ ਹੁੰਦੀ ਹੈ, ਬੱਤੀ ਜਗਦੀ ਹੁੰਦੀ ਹੈ, ਅਤੇ ਦੇਖਦਾ ਕਿ ਵਾਈਫ ਕਿਸੇ ਯੰਗ ਜਿਹੇ ਬੰਦੇ ਨਾਲ ਉਹਨੂੰ ਹੱਗ ਕਰ ਰਹੀ ਹੁੰਦੀ ਹੈ, ਕਿਸ ਕਰ ਰਹੀ ਹੁੰਦੀ ਹੈ। ਬੜਾ ਗੁੱਸਾ ਚੜ੍ਹਦਾ ਉਹਨੂੰ ਕਿ ਵੀ ਮੈਂ ਇਹਨੂੰ ਕਿਹਾ ਸੀ ਲੋਇਲ ਨਹੀਂ, ਐਂਡ ਸ਼ੀ ਇਜ਼ ਨੋਟ ਲੋਇਲ ਟੂ ਮੀ, ਐਂਡ ਵਾਪਸ ਜਾਣ ਲੱਗਦਾ। ਫਿਰ ਧਿਆਨ ਆ ਜਾਂਦਾ ਕਿ ਕੋਈ ਗੁੱਸੇ 'ਚ ਫੈਸਲਾ ਨਹੀਂ ਕਰਨਾ, ਬਾਹਰ ਹੀ ਉੱਥੇ ਸੌ ਜਾਂਦਾ। ਅਤੇ ਸਵੇਰੇ ਉੱਠ ਕੇ ਵਾਈਫ ਜਦੋਂ ਦਰਵਾਜ਼ਾ ਖੋਲ੍ਹਦੀ ਦੇਖਦੀ ਹੈ ਕਿ ਉਹਦਾ ਹਸਬੈਂਡ ਉੱਥੇ ਹੈਗਾ, ਉਹਨੂੰ ਜਾ ਕੇ ਉਠਾਉਂਦੀ ਹੈ, ਰੋ ਜੱਫੀ ਪਾਉਂਦੀ ਹੈ ਅਤੇ ਉਹਨੂੰ ਧੱਕਾ ਮਾਰਦਾ, ਕਹਿੰਦਾ ਵੀ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ, ਮੈਂ ਤੇਰੇ ਕੋਲ ਵਾਅਦਾ ਲਿੱਤਾ ਸੀ, ਬਟ ਯੂ ਆਰ ਨੋਟ ਟਰੂ ਟੂ ਯੂਅਰ ਪ੍ਰੋਮਿਸ। ਦੈਨ ਸ਼ੀ ਇਜ਼ ਐਕਸਪਲੇਨ ਕਿ ਜਿਹਨੂੰ ਤੂੰ ਕੱਲ੍ਹ ਦੇਖਿਆ ਸੀ ਉਹ ਤੇਰਾ ਹੀ ਪੁੱਤਰ ਸੀਗਾ, ਵੈਨ ਯੂ ਲੈਫਟ ਮੀ ਦੈਨ ਆਈ ਵਾਸ ਐਕਸਪੈਕਟਿੰਗ ਦੈਟ ਟਾਈਮ, ਹੀ ਇਜ਼ ਯੂਅਰ ਸਨ, ਉਹਦਾ ਕੱਲ੍ਹ ਜਨਮ ਦਿਨ ਸੀਗਾ, ਕੱਲ੍ਹ ਉਹ 20 ਸਾਲ ਦਾ ਹੋਇਆ। ਦੈਨ ਹੀ ਇਜ਼ ਅਗੇਨ ਵੈਰੀ ਥੈਂਕਫੁਲ ਕਿ ਮੈਂ ਕੋਈ ਗੁੱਸੇ ਦੇ ਵਿੱਚ ਗਲਤ ਫੈਸਲਾ ਨਹੀਂ ਲਿੱਤਾ, ਕਿ ਇਟ ਇਜ਼ ਹਿਜ਼ ਸਨ ਓਨਲੀ। ਫਿਰ ਉਹ ਦੋਰ ਬੰਦ ਅਤੇ ਉਹ ਰਸਤੇ 'ਚ ਖਾ ਲੈਂਦਾ, ਤੀਸਰਾ ਬੰਦ ਉਹ ਆਪਣੀ ਵਾਟੀ ਨੂੰ ਫੜਾਉਂਦਾ ਕਿ ਇਹਨੂੰ ਕੱਟ ਕੇ ਖਵਾ, ਮੇਰੇ ਸੇਠ ਨੇ ਦਿੱਤਾ, ਦਿਸ ਇਜ਼ ਦੀ ਓਨਲੀ ਥਿੰਗ ਆਈ ਹੈਵ ਬਰੋਟ। ਅਤੇ ਵੈਨ ਦ ਲੇਡੀ ਕੱਟਸ ਦੈਟ ਲੋਫ, ਅਤੇ ਉਹ ਬੌਸ ਨੇ ਉਹਦੇ ਸਾਰੇ ਜਿਹੜੇ ਡੋਲਰ ਹੁੰਦੇ ਆ ਉਹ ਬੰਦ ਦੇ ਵਿੱਚ ਪਾ ਕੇ ਉਹਨੂੰ ਦਿੱਤੇ ਹੁੰਦੇ ਆ, ਠੀਕ ਹੈ। ਸੋ ਇਹ ਵੀ ਤੁਹਾਡੀ ਚੋਇਸ ਹੈ ਜ਼ਿੰਦਗੀ 'ਚ ਕਿ ਤੁਸੀਂ ਪੈਸੇ ਨੂੰ ਇੰਪੋਰਟੈਂਸ ਦੇਣੀ ਹੈ, ਕਿ ਤੁਸੀਂ ਕਿਸੇ ਦੀ ਨਸੀਹਤ ਨੂੰ ਲੈ ਕੇ ਉਹਦੇ 'ਤੇ ਚੱਲਣਾ। ਸੋ ਦਿਸ ਇਜ਼ ਇਟ। ਤੀਸਰੀ, ਹਮੇਸ਼ਾ ਕੋਸ਼ਿਸ਼ ਕਰਿਆ ਕਰੋ, ਦਿਸ ਇਜ਼ ਮਾਈ ਵਰਡ ਆਫ ਐਕਸਪੀਰੀਅੰਸ ਫਰੋਮ ਮਾਈ ਸੈਲਫ, ਆਪਣੇ ਅੰਦਰ ਦੀ ਆਵਾਜ਼ ਸੁਣਿਆ ਕਰੋ, ਠੀਕ ਹੈ। ਹੁਣ ਸਵਾਲ ਕੋਮਨ ਹੈ, ਪੁੱਛਿਆ ਜਾਂਦਾ ਅੰਦਰ ਦੀ ਆਵਾਜ਼ ਕਿੱਥੋਂ ਆਉਂਦੀ ਹੈ, ਠੀਕ ਹੈ। ਹਰ ਬੰਦੇ ਦੇ ਅੰਦਰ ਅੰਦਰ ਦੀ ਆਵਾਜ਼ ਹੁੰਦੀ ਹੈ, ਜਿਸ ਦਿਨ ਉਹਨੂੰ ਸੁਣਨਾ ਸ਼ੁਰੂ ਕਰੋਗੇ ਨਾ ਥੋੜ੍ਹਾ ਜਿਹਾ ਵੀ, ਉਦੋਂ ਨੂੰ ਤੁਹਾਨੂੰ ਸੁਣਾਉਣਾ ਸ਼ੁਰੂ ਕਰ ਦੇਗਾ, ਠੀਕ ਹੈ। ਸੁਣਿਆ ਕਰੋ, ਤੁਹਾਨੂੰ ਬਿਲਕੁਲ ਰਾਈਟ ਗਾਈਡੈਂਸ ਮਿਲੇਗੀ ਉਹਦੇ ਤੋਂ। ਕਦੀ ਵੀ ਬੰਦਾ ਕਨਫਿਊਜ਼ ਹੁੰਦਾ ਨਾ, ਆਪਣੇ ਦਿਲ 'ਤੇ ਹੱਥ ਰੱਖ ਕੇ ਆਵਾਜ਼ ਨੂੰ ਪੁੱਛਿਆ ਕਰੋ ਕੀ ਹੈ। ਕਿਸੇ ਪੰਜਾਬੀ ਕਵੀ ਦਾ ਉਹ ਹੈਗਾ ਮੁਹਾਵਰਾ, ਨਾ ਮੰਦਰ ਦੀ ਨਾ ਮਸਜਿਦ ਦੀ ਕੋਈ ਗੱਲ ਸੁਣਾਵੇ ਅੰਦਰ ਦੀ, ਠੀਕ ਹੈ। ਨਾ ਮੰਦਰ ਦੀ ਨਾ ਮਸਜਿਦ ਦੀ ਕੋਈ ਗੱਲ ਸੁਣਾਵੇ ਅੰਦਰ ਦੀ। ਸੋ ਆਈ ਹੈਵ ਰਿਟਨ ਫਿਊ ਲਾਈਨਸ ਐਂਡ ਇਟ ਇਜ਼ ਵੈਰੀ ਬਿਊਟੀਫੁਲ, ਸੋ ਆਈ ਵੁੱਡ ਲਾਈਕ
ਪੱਥਰ ਦੀ ਇਮਾਰਤ ਹੈ ਜਿੱਥੇ ਜਾ ਕੇ ਬਹਿੰਦੇ ਹਾਂ, ਤੇਰਾ ਪਤਾ ਤੇ ਨਹੀਂ ਮਿਲਦਾ, ਉਂਝ ਨਾਮ ਤੇ ਲੈਂਦੇ ਹਾਂ। ਪੱਥਰ ਦੀ ਇਮਾਰਤ ਹੈ ਜਿੱਥੇ ਜਾ ਕੇ ਬਹਿੰਦੇ ਹਾਂ, ਤੇਰਾ ਪਤਾ ਨਹੀਂ ਮਿਲਦਾ, ਉਂਝ ਨਾਮ ਤੇ ਲੈਂਦੇ ਹਾਂ। ਤੇ ਫਕੀਰ ਉੱਥੇ ਲੰਘਦਾ ਹੁੰਦਾ ਤੇ ਉਹ ਅੱਗੋਂ ਜਵਾਬ ਦਿੰਦਾ, ਵੇਖੀ ਨੀ ਵੇਖੀ ਅੜੀਏ, ਅੰਦਰ ਬੋਲੇ ਕੌਣ, ਬਾਹਰ ਜਿਨ੍ਹਾਂ ਨੂੰ ਲੱਭਦੀ ਹੈ ਕਿਤੇ ਉਹੀ ਸੱਜਣ ਨਾ ਹੋਣ। ਠੀਕ ਹੈ, ਸੋ ਟ੍ਰਾਈ ਟੂ ਲਿਸਨ ਟੂ ਯੂਅਰ ਇਨਰ ਥਿੰਗ, ਜਿਹਨੂੰ ਅਸੀਂ ਬਾਹਰ ਲੱਭਦੇ ਹਾਂ ਉਹ ਤੁਹਾਡੇ ਅੰਦਰ ਹੀ ਹੈ, ਤੇ ਉਹਨੂੰ ਅੰਦਰ ਸੁਣੋਗੇ, ਕੋਸ਼ਿਸ਼ ਕਰੋਗੇ ਤੇ ਉਹ ਤੁਹਾਨੂੰ ਆਵਾਜ਼ਾਂ ਸੁਣਾਉਣਾ ਸ਼ੁਰੂ ਕਰ ਦੇਗਾ। ਗੁਰੂ ਪਿਆਰੇ, ਉਹ ਕਹਾਣੀ ਤੁਸੀਂ ਵੀ ਸੁਣੀ, ਉਸਦਾ ਕੀ ਮਤਲਬ ਨਿਕਲਦਾ ਹੈ, ਕੀ ਸਿੱਟਾ ਨਿਕਲਦਾ ਹੈ, ਬਾਖੂਬੀ ਤੁਸੀਂ ਸਮਝ ਗਏ ਹੋਵੋਗੇ। ਅਸੀਂ ਗੁਰਬਾਣੀ ਅਖੰਡ ਬਾਣੀ ਵੱਲੋਂ ਸਿਰਫ ਇਹੀ ਤੁਹਾਨੂੰ ਸਾਰਿਆਂ ਨੂੰ ਸਲਾਹ ਦੇਣਾ ਚਾਹੁੰਦੇ ਹਾਂ ਕਿ ਅਸੀਂ ਜੋ ਵੀ ਕੰਮ ਕਰੀਏ, ਜੋ ਵੀ ਕਰਮ ਕਰੀਏ, ਪੂਰੀ ਸ਼ਿੱਦਤ ਦੇ ਨਾਲ ਕਰੀਏ, ਅਤੇ ਕੁਝ ਵੀ ਅਜਿਹਾ ਨਾ ਕਰੀਏ ਜਿਸ ਨਾਲ ਕਿਸੇ ਦੇ ਮਨ ਨੂੰ ਕੋਈ ਵੀ ਠੇਸ ਪਹੁੰਚੇ। ਅਤੇ ਹਾਂ, ਅਗਰ ਅਸੀਂ ਆਪਣਿਆਂ ਉੱਤੇ ਭਰੋਸਾ ਰੱਖਾਂਗੇ ਤਾਂ ਹੀ ਉਹ ਸਾਡੇ 'ਤੇ ਭਰੋਸਾ ਕਰਨਗੇ ਅਤੇ ਪਿਆਰ ਕਰ ਸਕਣਗੇ। ਜੇਕਰ ਅਸੀਂ ਹੀ ਆਪਣੇ ਮਨ ਦੇ ਵਿੱਚ ਆਪਣਿਆਂ ਵਾਸਤੇ ਸ਼ੱਕ ਦਾ ਬੀਜ ਬੋ ਕੇ ਬਹਿ ਜਾਂਗੇ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਿਸ ਦਿਨ ਸਾਡੇ ਆਪਣੇ ਹੀ ਸਾਡੇ ਤੋਂ ਪਾਸਾ ਵੱਟ ਜਾਣਗੇ। ਇਸ ਕਰਕੇ ਆਪਣੇ ਆਪ 'ਤੇ ਭਰੋਸਾ ਰੱਖੋ, ਆਪਣਿਆਂ 'ਤੇ ਭਰੋਸਾ ਰੱਖੋ। ਜੇ ਕੋਈ ਆਪਣਾ ਰਾਹ ਭਟਕਦਾ ਵੀ ਹੈ ਤਾਂ ਉਹਨੂੰ ਪਿਆਰ ਦੇ ਨਾਲ, ਛਾਤੀ ਨਾਲ ਲਾ ਕੇ ਸਮਝਾਓ ਤਾਂ ਕਿ ਉਹ ਸਮਝ ਸਕੇ ਕਿ ਆਪਣਾ ਕੌਣ ਹੈ ਅਤੇ ਬੇਗਾਨਾ ਕੌਣ। ਜੇ ਵਿਚਾਰ ਚੰਗੇ ਲੱਗੇ ਹੋਣ, ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਹੀ ਸਕਦੇ ਹੋ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।